ਹੁਣ ਕੀ ਆ ਦੀਏ ਓਏ ਹੋਏ ਮੈਂ ਤਾਂ ਕੱਲ ਵੀ ਇਹਨੇ ਫੋਨ ਕੀਤਾ ਸੀ ਦੋ ਵਾਰੀ ਕੱਟ ਬੈਠੀ ਆ। ਹੈਲੋ ਹਾਂ ਭੈਣ ਰਾਮ ਰਾਮ। ਕਿਆ ਪੈਸੇ ਦੇਵਾਂ ਦੇ ਸਾਂ ਮੈਂ ਕੋਈ ਬਸਦੀ ਪੈਣੀ ਆ ਕਿਤੇ। ਹਾਂ ਤੇ ਵੱਲ ਕੀ ਥੀ ਗਿਆ ਤੂੰ ਦਿੱਤੇ ਯਾਰ ਮੇਰੇ ਕੋ ਤਾਂ ਮੈਂ ਕਿਹੜਾ ਖਾ ਕੇ ਬਜਦੀ ਪਈ ਆ ਤੇਰੇ ਪੈਸੇ ਦੇ ਸਾਂ। ਹੋਰ ਮੈਂ ਮਨਾ ਕੀਤੇ ਤੇ ਕੋਈ ਇੱਕ ਵਾਰੀ ਵੀ ਕਿ ਮੈਂ ਨਹੀਂ ਵਲੇਂਦੀ ਵਾਪਸ। ਇਵੇਂ ਤੂੰ ਬੇਵਿਸਾਈ ਨਾ ਥੀ ਵਿਸ਼ਵਾਸ ਰੱਖ ਇਵੇਂ ਸਮਝ ਤੇਰੇ ਪੈਸੇ ਬੈਂਕ 'ਚ ਪਏ ਤੂੰ ਹੁਣ ਵੀ ਔਖੀ ਕਿਉਂ ਥੀਂਦੀ ਪਈ ਏ। ਆਈਏ ਵੱਡੀ ਪੈਸੇ ਦੇ ਚੱਲ ਤਾਂ ਦੇ ਸਾਂ ਥੋੜ੍ਹਾ ਵਿਸਾ ਵੀ ਰੱਖ ਵੱਲ ਦਿੱਤੇ ਤੇ ਇਵੇਂ ਦੇ ਕੇ ਮੰਗਦਾ ਕੌਣ ਏ। ਨਹੀਂ ਮੇਰੇ ਕੋਲ ਇੱਕ ਗੱਲ ਦੱਸ ਤੁਹਾਡਾ ਕਿਹੜਾ ਤੂੰ ਮੇਰੇ ਕੋਲ ਧਨ ਚੱਕ ਦੇ ਦਿੱਤੇ ਕਿਤਨੇ ਪੈਸੇ ਆਉਂਦੇ ਸੀ ਤੇਰੇ। ਹਾਂ ਤੇ 50,000 ਹੀ ਤਾਂ ਆਈ ਤੇ ਵੱਲ ਕੇ ਥੀ ਗਿਆ ਜੇ ਤੂੰ ਮੇਰੇ ਕੋਲ ਦਿੱਤੇ ਹੀ ਆ ਨਾ ਤੇ ਮੈਂ ਤੇ ਕੋ ਆਖਿਆ ਆਪਣੇ ਘਰ ਵਾਲੇ ਕੋ ਦੱਸ ਤੂੰ ਲੁਕਾ ਕੇ ਦਿੱਤੇ ਨਾ ਤੇ ਮੈਂ ਵੀ ਤੇ ਕੋ ਲੁਕਾ ਕੇ ਵਾਪਸ ਦੇ ਦੀ ਸਾਂ ਵੱਲ। ਹੋਰ ਤੇ ਕਿ ਨਹੀਂ ਮੇਰੇ ਕੋਲ ਇਹ ਗੱਲ ਦੱਸ ਤੂੰ ਪੈਸੇ ਦਾ ਕਰਨਾ ਕੀ ਇਹ ਕੀ ਕੰਮ ਹੈ ਤੇ ਕੋ ਪੈਸੇ ਦਾ ਜਿਹੜੀ ਤਰ ਸਰਦੀ ਨਹੀਂ ਪਈ ਮੈਂ ਪੈਸੇ ਦੇ ਸਾਂ ਵਾਪਸ ਤਾਂ ਹੀ ਤੂੰ ਤੇਰਾ ਕੰਮ ਬਣ ਸੀ ਕੰਮ ਹੈ ਤੇਰਾ ਕੋਈ ਇੰਨੇ ਕਿੰਨੇ ਤੇ ਚਿਰ ਠੀਕ ਹੀ ਤੇ ਕੋ ਮੇਰੇ ਕੋ ਪੈਸੇ ਦਿੱਤੇ 3 ਸਾਲ ਮੈਂ ਦਿਨ ਪੁੱਛਦੀ ਪਈ ਹਾਂ ਸਾਲ ਕਹਿ ਨਹੀਂ ਪੁੱਛਦੀ ਪਈ ਤੇਰੇ ਕੋਲ ਕਿਵੇਂ ਮੈਂ ਤੂੰ ਮੂਡ ਖਰਾਬ ਕਰੀ ਸੀ ਆਪਣੀ ਬਣੀ ਬਣਾਈ ਵਿਗੜ ਵਿਆ ਸੀ ਗੱਲ ਪੈਸਿਆਂ ਕੋ ਨਾ ਗਿਣ ਕੇ ਆਪਣੇ ਵਿੱਚ ਠੀਕ ਹੈ। ਲੋਕ ਪਤਾ ਨਹੀਂ ਪੈਸੇ ਦੇ ਕੇ ਪਿੱਛੂ ਕਿਉਂ ਪੈ ਪੈਂਦੇ ਨੇ ਪੈਸੇ ਦਿਓ ਪੈਸੇ ਦਿਓ ਮੈਂ ਕੋਈ ਬਸਦੀ ਪਈ ਹਾਂ ਦੇ ਸਾਂ ਪੈਸੇ 50,000 ਹੀ ਤਾਂ ਇਹ 3 ਸਾਲ ਠੀਕ ਹੈ।